ਜ਼ਿਲ੍ਹਾ ਫਿਰੋਜ਼ਪੁਰ ਦੇ ਵਾਸੀਆਂ ਲਈ ਅੱਜ ਅਸਮਾਨ ਵਿੱਚ ਛਾਏ ਇਹ ਸੰਘਣੇ ਬੱਦਲ ਅਤੇ ਭਾਰੀ ਮੀਂਹ ਮੁਸੀਬਤ ਬਣ ਕੇ ਆਇਆ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਲੋਕਾਂ ਨੂੰ ਤਾਂ ਪਹਿਲਾਂ ਹੀ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਚਿੰਤਾ ਬਣੀ ਹੋਈ ਹੈ ਅਤੇ ਉੱਪਰੋਂ ਹੋ ਰਹੀ ਤੇਜ਼ ਬਾਰਿਸ਼ ਲੋਕਾਂ ਲਈ ਕਿਸੇ ਆਫਤ ਤੋਂ ਘੱਟ ਨਹੀਂ। ਹੋ ਰਹੀ ਬਰਸਾਤ ਕਾਰਨ ਕਈ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਅਤੇ ਸਭ ਕੁਝ ਤਹਿਸ ਨਹਿਸ ਹੋ ਗਿਆ। ਆਸ ਪਾਸ ਦੇ ਲੋਕਾਂ ਨੇ ਇਹਨਾਂ ਪਰਿਵਾਰਾਂ ਨੂੰ ਦੱਬੇ ਹੋਏ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਇਹ ਗਰੀਬ ਲੋਕ ਬਹੁਤ ਨਿਰਾਸ਼ ਹਨ ਕਿਉਂਕਿ ਉਹਨਾਂ ਦੇ ਮਕਾਨ ਢਹਿ ਗਏ ਹਨ। ਜੇਕਰ ਇਸੇ ਤਰ੍ਹਾਂ ਬਾਰਿਸ਼ ਹੁੰਦੀ ਰਹੀ ਤਾਂ ਹੋਰ ਵੀ ਨੁਕਸਾਨ ਹੋ ਸਕਦਾ ਹੈ। ਕੀ ਨਾਮ ਤੁਹਾਡਾ? ਜਸਵਿੰਦਰ ਕੌਰ। ਕਿੱਥੋਂ ਰਹਿਣ ਵਾਲੇ? ਅਸੀਂ ਸ਼ਹੀਦ ਭਗਤ ਸਿੰਘ ਕਲੋਨੀ ਨਵੇਂ ਬਾਰੇ ਕਿਸੇ ਦੇ ਨਾਲ ਲੱਗਦੀ। ਜਿਹੜਾ ਮਕਾਨ ਡਿੱਗਿਆ ਕਿਸ ਤਰ੍ਹਾਂ ਡਿੱਗਿਆ? ਇਹ ਤੇਜ਼ ਬਾਰਿਸ਼ ਹੋਣ ਕਾਰਨ ਤੇ ਡਿੱਗਿਆ ਗਿਆ। ਬਹੁਤ ਜ਼ਿਆਦਾ ਬਾਰਿਸ਼ ਆਉਣ ਲੱਗੀ। ਅੱਗੇ ਤਾਂ ਕਈ ਦਿਨ ਰੁਕ ਰੁਕ ਕੇ ਪੈਂਦੀ ਰਹੀ, ਹੁਣ ਤਾਂ ਲਗਾਤਾਰ ਹੀ ਚੱਲੀ ਜਾਂਦੀ। ਅੱਜ ਤੁਸੀਂ ਕਿਵੇਂ ਪਰਿਵਾਰ ਨੇ ਜਾਣਾ ਪਿਆ? ਅਸੀਂ ਬਸ ਥੋੜ੍ਹਾ ਜਿਹਾ ਸਾਨੂੰ ਮਲੂਮ ਹੋਇਆ ਵੀ ਇਹ ਕਮਰਾ ਡਿੱਗੂ ਖੜਾ ਹੈ ਅਤੇ ਅਸੀਂ ਦਰਵਾਜ਼ੇ ਤੋਂ ਬਾਹਰ, ਮੈਂ ਇਹਨਾਂ ਨੂੰ ਕਹੀ ਜਾਂਦੀ ਸੀ ਥੋੜ੍ਹਾ ਜਿਹਾ ਬਾਹਰ ਹੋ ਜਾਓ, ਬਸ ਇਹਨਾਂ ਕਦਮ ਬਾਹਰ ਰੱਖਿਆ ਅਤੇ ਮੈਂ ਥੋੜ੍ਹਾ ਜਿਹਾ ਦਰਵਾਜ਼ੇ 'ਚ ਖੜੀ ਸੀ, ਡਿੱਗ ਗਿਆ ਉਹਨੇ ਸਿਰ, ਅਸਾਂ ਮਸਾਂ ਜਾਨ ਬਚਾਈ। ਤੁਸੀਂ ਬਰਸਾਤ ਦੇ ਬਾਹਰ ਬੈਠੇ ਹੋ ਅਤੇ ਕੋਈ ਪਹਿਲਾਂ ਦਾ ਸਰਕਾਰ ਵੱਲੋਂ ਕੋਈ ਇੰਤਜ਼ਾਮ ਕਿਸੇ ਤਰ੍ਹਾਂ ਕੀਤਾ ਗਿਆ? ਜੀ ਕੋਈ ਨਹੀਂ, ਕਿਸੇ ਤਰ੍ਹਾਂ ਦਾ ਵੀ ਨਹੀਂ ਕੋਈ ਬੈਠੇ ਬੱਚਿਆਂ ਦਾ? ਹਾਂਜੀ ਬਾਹਰ ਹੀ। ਹੁਣ ਕੀ ਮੰਗ ਤੁਹਾਡੀ? ਸਾਨੂੰ ਸਰਕਾਰ ਤੋਂ ਮੰਗ ਹੈ ਵੀ ਕੋਈ ਸਾਡੇ ਲਈ ਸਹਾਇਤਾ ਕੀਤੀ ਜਾਵੇ ਅਤੇ ਜੋ ਸਾਡੇ ਮਕਾਨ ਡਿੱਗੇ ਨੇ, ਹੋਰ ਵੀ ਕਈਆਂ ਘਰਾਂ ਦੇ ਡਿੱਗ ਗਏ ਨੇ ਇੱਧਰ ਨਾਲ ਲੱਗਦੇ ਹੋਏ ਕੱਚੇ ਕਮਰੇ, ਅਤੇ ਉਹਨਾਂ ਲਈ ਵੀ ਸਹੂਲਤ ਦਿੱਤੀ ਜਾਵੇ ਅਤੇ ਸਾਨੂੰ ਵੀ ਕੁਛ ਸਿਰ ਕੱਜਣ ਲਈ ਦਿੱਤਾ ਜਾਵੇ। ਮੇਰਾ ਨਾਂ ਕੁਲਵੰਤ ਸਿੰਘ ਜੀ। ਮੈਂ ਜੀ ਬਸਤੀ ਬਾਰੇ ਕਰ ਰਹਿੰਦਾ ਜੀ। ਕੀ ਹੋਇਆ ਜਿਹੜਾ ਕੱਚਾ ਮਕਾਨ ਹੈ, ਤੁਹਾਨੂੰ ਕਿਸ ਤਰ੍ਹਾਂ ਦਾ ਡਰ ਸਤਾ ਰਿਹਾ? ਇਹ ਡਰ ਸਰ ਬਹੁਤ ਸਤਾ ਰਿਹਾ ਸਰ, ਬਾਰਿਸ਼ਾਂ ਉੱਤੋਂ ਪੈ ਰਹੀਆਂ ਭਾਰੀ ਅਤੇ ਸਾਨੂੰ ਬਹੁਤ ਖਤਰਾ ਹੈ ਜੀ ਡਿੱਗਣ ਦਾ। ਸਰ ਮਕਾਨ ਵੇਖੋ ਸਾਰਾ ਖੁਰਿਆ ਪਿਆ ਸਾਈਡਾਂ ਤੋਂ ਅਤੇ ਕਦੀ ਵੇਲੇ ਮੰਨ ਲਓ ਕਦੀ ਵੀ ਡਿੱਗ ਸਕਦਾ ਸਰ, ਅਤੇ ਸਾਡੇ ਕੋਲ ਹੋਰ ਕੋਈ ਮਕਾਨ ਨਹੀਂ ਸਰ। ਹਾਂਜੀ ਗੁੜੀਆ ਸਰ ਇੱਕੋ ਸਾਡੀ। ਕਿਸ ਤਰ੍ਹਾਂ ਮੌਤ ਦੇ ਸਾਏ ਥੱਲੇ ਰਹਿੰਦੇ ਸਰ? ਬਹੁਤ ਸਾਨੂੰ ਪਤਾ ਨਾ ਸਾਰਾ ਮੌਤ ਹੀ ਇੱਕ। ਹਾਂਜੀ ਹਾਂਜੀ ਸਰ ਬਹੁਤ ਜੀ, ਅਤੇ ਮੰਗ ਸਰ ਸਾਨੂੰ ਪ੍ਰਸ਼ਾਸਨ ਕੋਈ ਨਹੀਂ, ਮੰਨ ਲਓ ਵੀ ਨਾ ਐੱਮ ਐੱਲ ਏ ਇੱਥੇ ਆਇਆ, ਇੱਕ ਮਕਾਨ ਸਾਨੂੰ ਪਾ ਕੇ ਦਿੱਤਾ ਜਾਵੇ, ਸਾਡੀ ਇਹੀ ਮੰਗ ਸਰ। ਅਤੇ ਦਿਹਾੜੀ ਸਰ ਕਰੀਗਾ ਅਤੇ ਹੁਣ ਆਪਦਾ ਗੁਜ਼ਾਰਾ ਕਰੀਏ ਕਿ ਮਕਾਨ ਕਿੱਥੋਂ ਪਾਈਏ ਸਰ ਇੰਨੀ ਮਹਿੰਗਾਈ 'ਚ, ਸਾਡੀ ਇਹੀ ਮੰਗ ਸਰ। ਬੱਤੀ ਕੱਟ ਕੁੱਟ ਕੇ ਵਿੱਚ ਬੱਤੀ ਆ ਗਈ, ਬੱਚੇ ਵੀ ਸੀ ਕਿਸ ਤਰ੍ਹਾਂ ਬਚਾ ਕੀਤਾ? ਭੱਜ ਭੁਜੇ ਕੱਢਿਆ, ਡਿੱਗ ਪਏ ਕਮਰੇ ਪਾ ਕੇ ਦਿੱਤੇ ਜਾਣ। ਹੋਰ ਕੀ ਸੁਰਿੰਦਰ ਸਿੰਘ ਜੀ? ਸੁਰਿੰਦਰ ਸਿੰਘ ਜਿਹੜੇ ਆਪਣੇ ਮਕਾਨ ਡਿੱਗਿਆ, ਕਿਹਨਾਂ ਦਾ ਡਿੱਗਿਆ? ਇਹ ਆਪਣੇ ਨੋਪੋ ਬਾਈ ਜੀ ਮਹਿੰਦਰ ਸਿੰਘ, ਇਹ ਨਿੱਕੇ ਨਿੱਕੇ ਜਵਾਕ ਅੰਦਰ ਹੈਗੇ ਸੀਗੇ, ਇਹ ਕੰਮ ਤੇ ਗਏ ਹੋਏ ਸੀਗੇ ਤੇ ਆਪਣੇ ਇਹ ਭੱਜ ਕੇ ਆਏ ਨੇ ਕੰਮ ਤੋਂ ਵੀ ਬਾਰਿਸ਼ ਪੈਣ ਲੱਗ ਪਈ, ਕਿਤੇ ਕਮਰੇ ਨਾ ਡਿੱਗ ਪੈਣ, ਬਾਰਿਸ਼ ਪਈ ਜਾਂਦੀ ਆ, ਤੇ ਬੱਚਿਆਂ ਨੂੰ ਆ ਕੇ ਇਹਨਾਂ ਨੇ ਬਾਹਰ ਕੱਢ ਕੇ ਗਵਾਂਢੀਆਂ ਘਰ ਭੇਜਿਆ ਈਏ ਤੇ ਆਪ ਅੰਦਰ ਗਹਿਣ ਉੱਤੋਂ ਛੱਤ ਡਿੱਗ ਪਈ, ਅਸੀਂ ਭੱਜ ਕੇ ਇਹਨਾਂ ਨੂੰ ਕੱਢਿਆ ਬਾਹਰ ਕੱਢਿਆ ਤੇ ਆ ਬਾਰਿਸ਼ਾਂ ਦਾ ਵੇਲੋ ਇਹ ਬਾਰਿਸ਼ ਉੱਪਰੋਂ ਪਈ ਜਾਂਦੀ ਹੈ, ਬਹੁਤ ਜ਼ਿਆਦਾ ਬਾਰਿਸ਼, ਬਾਰਿਸ਼ ਤਾਂ ਬਹੁਤ ਜ਼ਿਆਦਾ ਜੀ, ਪਾਣੀ ਦਾ ਅੰਤੀ ਕੋਈ ਨਹੀਂ, ਕਿੰਨਾ ਅੰਦਰ ਕਮਰੇ ਦੇ ਵਿੱਚ ਪਾਣੀ ਬਹੁਤ ਖੜ ਗਿਆ ਇਹਨਾਂ ਦੇ, ਜਾਨੀ ਮਾਨੀ ਨੁਕਸਾਨ ਨਹੀਂ ਹੋਇਆ, ਬਚਾਅ ਹੋ ਗਿਆ, ਜਾਨੀ ਮਾਨੀ ਦਾ ਨੁਕਸਾਨ ਕੋਈ ਨਹੀਂ ਹੋਇਆ, ਪਰ ਉਹਨਾਂ ਦੇ ਇਹਨਾਂ ਦੇ ਵੀ ਥੱਲੋਂ ਕੱਢਿਆ ਨਾ ਜਦੋਂ ਬਾਲਿਆਂ ਦੇ ਤੇ ਸੱਟ ਸੁੱਟ ਤਾਂ ਉਹਨਾਂ ਦੇ ਲੱਕ ਦੇ ਲੱਗੀ ਆ ਜ਼ਰੂਰ, ਤੇ ਇਹ ਨਹੀਂ ਕਿਹਾ ਜਾ ਸਕਦਾ ਵੀ ਆਪਣੇ ਕਿੰਨੀ ਕੁ ਸੱਟ ਲੱਗੀ ਹੋਵੇ। ਤੇ ਹੋਰ ਆ ਸਰਕਾਰਾਂ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਨੇ, ਜੋ ਵੀ ਆ ਕਾਂਗਰਸ ਹੈ, ਅਕਾਲੀ ਹੈ, ਜੋ ਵੀ ਆ ਆਮ ਪਾਰਟੀ, ਭਾਵੇਂ ਇੱਥੇ ਆ ਕੇ ਵੋਟਾਂ ਦੇ ਟਾਈਮ ਆ ਜਾਣਗੇ ਵੀ ਅਸੀਂ ਤੁਹਾਨੂੰ ਆਹ ਕਰ ਦਾਂਗੇ ਜੀ, ਉਹ ਕਰ ਦਾਂਗੇ, ਉਦੋਂ ਬਾਅਦ 'ਚ ਕਿਸੇ ਨੇ ਮੂੰਹ ਨਹੀਂ ਵਿਖਾਉਣਾ, ਜਦੋਂ ਆਉਣਾ ਹਾਂਜੀ ਹਾਂਜੀ ਕਰ ਦਾਂਗੇ ਜੀ, ਆਹ ਕਰ ਦਾਂਗੇ, ਹੱਥ ਖੜੇ ਕਰਕੇ ਤੁਰੇ ਜਾਣਗੇ ਤੇ ਇਹ ਕਹਿਣਗੇ ਵੀ ਇਹ ਸਰਕਾਰ ਦੀ ਥਾਂ ਵੀ ਇੱਥੇ ਕਮਰੇ ਅਸੀਂ ਦੇ ਨਹੀਂ ਸਕਦੇ। ਇਹ ਜੋ ਪਿੰਡ ਦੇ ਸਰਪੰਚ ਨੇ ਸਾਰੇ, ਜੋ ਸਾਰੇ ਰਲੇ ਮਿਲੇ ਹੁੰਦੇ ਨੇ, ਇਹਨਾਂ ਨੇ ਕਿਹਾ ਹੁੰਦਾ ਵੀ ਚਲੋ ਵੀ ਸਰਕਾਰੀ ਜਗ੍ਹਾ ਇੱਥੇ ਅਸੀਂ ਕਮਰੇ ਨਹੀਂ ਪਾ ਸਕਦੇ, ਪਰਿਵਾਰ ਨੂੰ ਮਦਦ ਦੇਣੀ ਚਾਹੀਦੀ, ਰਹਿਣ ਜੋਗੀ ਥਾਂ ਹੀ ਨਹੀਂ ਰਹਿ ਗਈ ਇਹਨਾਂ ਕੋਲ, ਤਿੰਨੇ ਦੇ ਤਿੰਨੇ ਆਹ ਵੀ ਕਮਰਾ ਡਿੱਗਣ ਵਾਲਾ, ਵੇਖੋ ਕੀ ਹਾਲ ਹੋਏ ਪਏ ਨੇ, ਅੰਦਰ ਵੇਖ ਲਓ ਆ ਕੇ, ਆਹ ਸਮਾਨ ਕੱਢਿਆ, ਆਹ ਵੇਖੋ ਆਹ ਕੀ ਹਾਲਾਤ ਹੋਏ ਪਏ, ਆਹ ਵੇਖੋ ਆਹ ਤੁਹਾਡੇ ਸਾਹਮਣੇ ਆ, ਬਸ ਕੁਛ ਘੜੀ ਦੇ ਘਰੇ ਵੀ ਡਿੱਗ ਪੈਣਾ, ਫਿਰ ਕਿੱਥੇ ਰਹਿਣਗੇ, ਇਹਨਾਂ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ।